ਮੈਂ ਤੁਹਾਡੇ ਸਾਰਿਆਂ ਦੇ ਮਹਿਬੂਬ ਨੇਤਾ, ਤੁਹਾਡੇ ਸਾਰਿਆਂ ਦੇ ਦਿਲਾਂ ਦੀ ਧੜਕਣ, ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਤੁਹਾਡੇ ਸਾਰਿਆਂ ਦੇ ਰੂਬਰੂ ਹੋਣਗੇ, ਤੁਹਾਡੇ ਮਟਬੁੱਲੇ ਵਿਚਾਰ ਜਿਹੜੇ ਤੁਹਾਡੇ ਸਾਹਮਣੇ ਰੱਖਣਗੇ। ਇਨਕਲਾਬ, ਇਨਕਲਾਬ। ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਚੋਂ ਮਾਝੇ ਦੇ ਕ੍ਰਾਂਤੀਕਾਰੀ ਲੋਕਾਂ ਦਾ ਸਵਾਗਤ। ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਮੇਰੇ ਸਿਰ ਮੱਥੇ। ਜਦੋਂ ਤੁਸੀਂ ਘਰੋਂ ਬਾਹਰ ਨਿਕਲੇ, ਸਮਝ ਲਓ ਅੱਜ ਤੁਸੀਂ ਫਿਰ ਬਦਲਾਅ ਵਾਸਤੇ, ਕ੍ਰਾਂਤੀ ਵਾਸਤੇ ਨਿਕਲੇ। ਮਾਵਾਂ, ਭੈਣਾਂ, ਬੱਚੇ, ਬਜ਼ੁਰਗ ਸਾਰੇ ਆਏ ਆ। ਦੂਜੀਆਂ ਪਾਰਟੀਆਂ ਨੂੰ ਬੰਦੇ ਨਹੀਂ ਮਿਲ ਰਹੇ, ਦਿਹਾੜੀ 'ਤੇ ਬੰਦੇ ਲਿਆਉਣੇ ਪੈ ਰਹੇ ਆ। ਮੋਦੀ ਆਇਆ ਪਟਿਆਲੇ, 400 ਰੁਪਇਆ ਦਿਹਾੜੀ ਸੀ ਉਹਦੇ, ਆਲੇ ਦੁਆਲੇ ਦੇ ਕਸਬਿਆਂ 'ਚੋਂ ਲਿਆਂਦੇ। ਦੇਖੋ ਮਹਿਲਾ ਵਾਲਿਆਂ ਦੀਆਂ ਕਰਤੂਤਾਂ, 400 ਰੁਪਇਆ ਦਿਹਾੜੀ ਮੁੱਕ ਰਹੀ ਉਹਨਾਂ ਦੀ। ਇੱਥੇ ਕਿਸਮਤ ਵਾਲੇ ਆ, ਤੁਸੀਂ ਬੈਠੇ ਹੋ, ਨਾਰੇ ਲਾਉਂਦੇ ਹੋ, ਫੁੱਲ ਸੁੱਟਦੇ ਹੋ, ਆਸ਼ੀਰਵਾਦ ਦਿੰਦੇ ਹੋ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ, ਵਾਹਿਗੁਰੂ ਜੀ ਕਾ ਖਾਲਸਾ। ਬਲਜੀਤ ਖਹਿਰਾ ਜੀ ਸਾਡੇ ਲੋਕ ਸਭਾ ਹਲਕਾ ਇੰਚਾਰਜ ਬੈਠੇ ਨੇ, ਲਾਲਜੀਤ ਭੁੱਲਰ ਸਾਡੇ ਆਪਣੇ ਕੈਂਡੀਡੇਟ ਨੇ, ਸਵਰਗੀ ਸਾਡੇ ਹਲਕਾ ਇੰਚਾਰਜ ਗੁਰਸ਼ਰਨ ਸਿੰਘ ਕਪੂਰ, ਉਹਨਾਂ ਦੀ ਧਰਮ ਪਤਨੀ ਹਰਪ੍ਰੀਤ ਕੌਰ ਜੀ, ਸਾਰੀ ਕਪੂਰਥਲੇ ਦੀ ਟੀਮ ਬੈਠੀ ਹੈ, ਬਲਾਕ ਪ੍ਰਧਾਨ ਤੋਂ ਲੈ ਕੇ ਸਾਰੇ ਛੋਟੇ ਵੱਡੇ ਅਹੁਦੇਦਾਰ। ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਏਕਾ ਬਹੁ ਰੱਖਿਆ ਹੋਇਆ। ਤੁਸੀਂ ਆਪਸ 'ਚ ਕਾਂਗਰਸ ਦਾ ਹਾਲ ਦੇਖ ਲਓ, ਆਪਸ 'ਚ ਲੜੀ ਜਾਂਦੇ ਹੋ। ਅਕਾਲੀ ਦਲ ਦਾ ਹਾਲ ਦੇਖ ਲਓ, ਆਪਸ 'ਚ ਲੜੀ ਜਾਂਦੇ ਹੈ। ਭਾਜਪਾ ਦਾ ਹਾਲ ਦੇਖ ਲਓ, ਆਪਸ 'ਚ ਲੜੀ ਜਾਂਦੇ ਹੈ। ਇੱਕੋ ਇੱਕ ਪਾਰਟੀ ਹੈ ਜਿਹੜੀ ਆਪਸ 'ਚ ਨਹੀਂ ਲੜ ਰਹੀ, ਪੰਜਾਬ ਦੇ ਬੱਚਿਆਂ ਦੇ ਭਵਿੱਖ ਵਾਸਤੇ ਲੜ ਰਹੀ ਹੈ, ਉਹ ਹੈਗੀ ਆਮ ਆਦਮੀ ਪਾਰਟੀ, ਉਹ ਹੈਗੇ ਤੁਸੀਂ। ਕਿਸਮਤ ਵਾਲਾ ਮੈਂ ਕਿ ਇਹੋ ਜਿਹੇ ਭਮੱਕੜ ਮੈਨੂੰ ਮਿਲਿਆ। ਵਿਰੋਧੀ ਪਾਰਟੀਆਂ ਵਾਲੇ ਵੀ ਹੈਰਾਨ ਨੇ, ਕਹਿੰਦੇ ਯਾਰ ਤੁਹਾਡੇ ਵਾਲੇ ਯਾਰ ਕਮਾਲ ਨੇ, ਕਹਿੰਦੇ ਜੇ ਰੁੱਸਣਗੇ ਵੀ ਨਾ ਤਾਂ ਕਿਸੇ ਹੋਰ ਪਾਰਟੀ 'ਚ ਨਹੀਂ ਜਾਂਦੇ, ਘਰੇ ਬਹਿ ਜਾਂਦੇ ਆ, ਰੁੱਸ ਕੇ ਦੱਸ ਦਿੰਦੇ ਆ, ਔਰ ਜਿੱਦੇ ਮਨਾ ਲਓ ਮੰਨ ਜਾਂਦੇ ਆ, ਫਿਰ ਫਿਰ ਚੱਕ ਲੈਂਦੇ ਆ ਮੋਟਰਸਾਈਕਲ, ਫਿਰ ਚੱਕ ਲੈਂਦੇ ਆ ਝੰਡਾ। ਸੋ ਮੈਂ ਕਿਹਾ ਵੀ ਸਾਡੇ ਵਾਲੇ ਔਰਗੈਨਿਕ ਨੇ, ਤੁਹਾਡੇ ਵਾਲੇ ਤਾਂ ਕਦੇ ਇੱਧਰ ਕਦੇ ਉੱਧਰ, ਕਦੇ ਇੱਧਰ ਕਦੇ ਉੱਧਰ, ਸਾਡੇ ਵਾਲੇ ਤਾਂ ਅਸਲੀ ਨੇ। ਤੁਸੀਂ ਹੁਣ 1 ਤਰੀਕ ਨੂੰ ਲੋਕਾਂ ਨੂੰ ਘਰੋਂ ਲੈ ਕੇ ਜਾਣਾ, ਵੋਟਾਂ ਪਵਾਉਣੀਆਂ, ਚੌਥੇ ਨੰਬਰ ਦਾ ਬਟਨ ਹੈ, ਆਉਣਾ ਪਹਿਲੇ ਨੰਬਰ, ਆਉਣਾ ਆਪਾਂ ਪਹਿਲੇ ਨੰਬਰ 'ਤੇ ਹੈ। ਜਿਹੜੀ ਵੋਟ ਪਊਗੀ ਸਮਝ ਲਓ ਭਗਵੰਤ ਮਾਨ ਨੂੰ ਪੈ ਗਈ, ਕੇਜਰੀਵਾਲ ਨੂੰ ਪੈ ਗਈ। ਕਿਉਂਕਿ ਵੋਟ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ, ਕੰਮ ਤਾਂ ਆਪਾਂ ਹੀ ਕਰਨੇ ਆ। ਅਗਲੇ 3 ਸਾਲ ਆਪਣੇ ਕੋਲ ਨੇ,
ਉੱਪਰ ਆਪਣੀ ਸਰਕਾਰ ਬਣ ਰਹੀ ਹੈ, ਪੰਜਾਬ ਦਾ ਹਿੱਸਾ ਜਦੋਂ ਪਊਗਾ, ਜਦੋਂ 13-0 ਕਰਤਾ, ਜਦੋਂ ਪੰਜਾਬ ਦਾ ਹਿੱਸਾ ਪਊਗਾ ਸੈਂਟਰ ਸਰਕਾਰ 'ਚ, ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੋਊਗੀ ਕਿ ਪੰਜਾਬ ਦਾ ਇੱਕ ਰੁਪਈਆ ਵੀ ਰੋਕ ਕੇ ਦਿਖਾ ਦੇ। ਹੋ ਇਹਨਾਂ ਦਾ ਬੁਰਾ ਹਾਲ ਹੋਇਆ ਪਿਆ ਦੂਜਿਆਂ ਦਾ। ਇੱਕ ਮੈਂ ਗੱਲ ਦੱਸਣ ਲੱਗਿਆ, ਅੰਦਰਲੀ ਗੱਲ ਹੈ, ਅੱਗੇ ਨਾ ਕਰ ਦਿਓ ਗੱਲ। ਕਈ ਵਾਰ ਤੁਸੀਂ ਅੱਗੇ ਗੱਲ ਕਰ ਦਿੰਦੇ ਹੋ, ਫਿਰ ਐਵੇਂ ਗੱਲ ਵੱਧ ਜਾਂਦੀ ਹੈ। ਫਿਰ ਕਈ ਅਫਸਰ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਦੇ ਨਾਲ ਵੀ ਲੱਗੇ ਹੋਏ ਨੇ ਪੰਜਾਬ ਦੇ, ਕਿਉਂਕਿ ਉਹਨਾਂ ਦਾ ਪ੍ਰੋਟੋਕਾਲ ਹੈ। ਉਹਨਾਂ ਅਫਸਰਾਂ 'ਚੋਂ ਮੈਨੂੰ ਮੇਰੇ ਫੈਨ ਨੇ, ਉਹ ਮੈਨੂੰ ਦੱਸਦੇ ਰਹਿੰਦੇ ਆ, ਮੈਂ ਕਿਵੇਂ ਹੈ, ਕੀ ਹਾਲਤ ਹੈ ਇੱਧਰ, ਬਠਿੰਡਾ ਸੀਟ ਲੜ ਰਹੇ ਨੇ ਅਤੇ ਹਾਲਤ ਕੀ ਹੈ। ਉਹ ਕਹਿੰਦਾ ਜੀ ਮੇਰਾ ਨਾਂ ਤਾਂ ਨਾ, ਮੈਂ ਨਾਂ ਨਹੀਂ ਲੈਂਦਾ ਤੇਰਾ, ਮੈਂ ਦੱਸ ਦੇ ਬਸ। ਉਹ ਕਹਿੰਦਾ ਜੀ ਰੋ ਕੇ ਸੌਂਦੇ ਹੈ, ਉੱਠ ਕੇ ਰੋਂਦੇ ਹੈ, ਵੀ ਆਹ ਕੀ ਪੰਗਾ ਪੈ ਗਿਆ। ਕਹਿੰਦਾ ਉੱਤੋਂ ਤੁਸੀਂ ਕਿੱਕਲੀ ਪਾਰਟੀ, ਉਹਦੇ ਨਾਲ ਹੋਰ ਹੋ ਗਿਆ। ਤੁਹਾਨੂੰ ਯਾਦ ਹੈ, ਤੁਹਾਨੂੰ ਯਾਦ ਹੈ, ਦੁਬਾਰਾ ਦੁਬਾਰਾ ਸੁਣਾਉਣ ਦੀ ਕੀ ਲੋੜ ਹੈ, ਯਾਦ ਹੈ ਤੁਹਾਨੂੰ? ਹੈਂਜੀ, ਅੱਛਾ ਪਹਿਲੀ ਵਾਰ ਸੁਣ। ਉਹ ਕਿਉਂ, ਉਹਨਾਂ ਦਾ ਪਹਿਲੀ ਬੁਰਾ ਹਾਲ ਹੈ, ਕੰਧਾਂ ਫੜ ਫੜ ਕੇ ਤੁਰਦੇ ਨੇ ਉਹ, ਉੱਤੋਂ ਤੁਸੀਂ ਕਿੱਕਲੀ ਪਵਾ ਪਵਾ ਕੇ ਅੱਜ ਡਾਕਟਰਾਂ ਤੋਂ ਦਿਲ ਖੜਾਉਣ ਦੀਆਂ ਗੋਲੀਆਂ ਖਾਣਗੇ, ਫਾਇਦਾ ਕੋਈ? ਸੋ ਵੀਰੋ, ਇਹਨਾਂ ਦਾ ਕੋਈ ਇਤਬਾਰ ਨਹੀਂ, ਇਹਨਾਂ 'ਤੇ ਯਕੀਨ ਨਾ ਕਰਿਓ। ਬਹੁਤ ਲੁੱਟਿਆ ਇਹਨਾਂ ਨੇ, ਤਿੰਨ ਪੀੜ੍ਹੀਆਂ ਖਾ ਗਏ, ਤਿੰਨ ਪੀੜ੍ਹੀਆਂ ਬਣਾ ਲਏ ਹੋਟਲ, ਆਹ ਪਾ ਲਏ ਮਹਿਲ, ਛੱਤ ਲਏ। ਉਹ ਸਾਡੇ ਘਰਾਂ ਦੀਆਂ ਛੱਤਾਂ ਚੋਈ ਜਾਂਦੀਆਂ ਤੇ ਸਾਨੂੰ ਕਹਿੰਦੇ ਆ ਆਮ ਆਦਮੀ ਪਾਰਟੀ ਵਾਲੇ ਮਲੰਗ ਹੈ, ਵੀ ਹੁਣ ਤੁਸੀਂ ਰਜਵਾੜੇ ਬਣ ਗਏ ਲੁੱਟ ਕੇ ਪੰਜਾਬ ਨੂੰ, ਅਸੀਂ ਤਾਂ ਮਲੰਗ ਹੀ ਰਹਿਣਾ ਸੀ ਫਿਰ। ਪਰ ਕੋਈ ਗੱਲ ਨਹੀਂ, ਮਲੰਗ ਹੀ ਮੰਜੀ ਠੋਕਣਗੇ ਹੁਣ। ਮਲੰਗ ਹੀ ਦੱਸ ਦੇ ਸਾਨੂੰ ਯਾਰ, ਦੇਖਿਓ ਸਹੀ, ਹੋਰ ਬੁਰਾ ਹਾਲ ਹੋਇਆ ਪਿਆ, ਦੋਨੇ ਤਿੰਨੇ ਪਾਰਟੀਆਂ ਦਾ ਬੁਰਾ ਹਾਲ ਹੋਇਆ ਪਿਆ। ਕਾਂਗਰਸ ਦਾ ਇਹ ਨਹੀਂ ਪਤਾ ਲੱਗ ਰਿਹਾ ਕੌਣ ਕਿੱਥੋਂ ਲੜ ਰਿਹਾ, ਕਾਂਗਰਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਕੌਣ ਕਿਹਦੇ ਨਾਲ ਲੜ ਰਿਹਾ। ਉਹ ਬਠਿੰਡੇ ਵਾਲਾ ਬੜਿੰਗ ਭੇਜਤਾ ਲੁਧਿਆਣੇ, ਸੰਗਰੂਰ ਵਾਲਾ ਉਹ ਭੇਜਤਾ ਅਨੰਦਪੁਰ ਸਾਹਿਬ, ਅਖਡੂਰ ਸਾਹਿਬ ਵਾਲਾ ਭੁਲੱਥ ਵਾਲਾ ਉਹ ਭੇਜਤਾ ਸੰਗਰੂਰ। ਖੈਰਾ ਵੀਰੋ, ਇੱਕ ਦੂਜੇ ਨੂੰ ਤੜਕੀ ਗਾਲਾਂ ਦੇਣ ਲੱਗ ਜਾਂਦੇ ਹੈ, ਕੋਈ ਪੰਜਾਬ ਦਾ ਮੁੱਦਾ ਨਹੀਂ। ਵੀਰੋ ਮੈਂ ਇੱਥੇ ਆਪਣੇ ਪਰਿਵਾਰ ਵਾਸਤੇ ਵੋਟਾਂ ਮੰਗਣ ਨਹੀਂ ਆਇਆ। ਇਹ ਨਾ ਕਹਿ ਦਿਓ ਭਗਵੰਤ ਮਾਨ ਜੇ ਸਾਡੇ ਪਿੰਡ ਆ ਜਾਂਦਾ ਤਾਂ ਉਹਨੂੰ ਵੋਟਾਂ ਪਾ ਦਿੰਦੇ। ਵੀਰੋ ਮੈਂ ਆਪਦੇ ਵਾਸਤੇ ਵੋਟਾਂ ਨਹੀਂ ਮੰਗ ਰਿਹਾ, ਮੈਂ ਤੁਹਾਡੇ ਜਵਾਕਾਂ ਵਾਸਤੇ ਵੋਟਾਂ ਮੰਗ ਰਿਹਾ, ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗ ਰਿਹਾ।
ਤੁਹਾਡੇ ਜਵਾਕਾਂ ਦਾ ਫਿਊਚਰ ਬਣੂਗਾ, ਭਵਿੱਖ ਬਣੂਗਾ। 43,000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ, 43,000, ਇੱਕ ਰੁਪਈਆ ਵੀ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ। ਇੱਕ ਰੁਪਈਆ ਕਿਸੇ ਦਾ ਰਿਸ਼ਵਤ ਦਾ ਲੱਗਿਆ ਹੋਵੇ, ਭਾਵੇਂ ਪਟਵਾਰੀ ਲੱਗਣਾ, ਭਾਵੇਂ ਇੰਸਪੈਕਟਰ ਲੱਗਣਾ, ਭਾਵੇਂ ਕੁੜੀਆਂ ਨੇ SDO ਲੱਗਣਾ, ਇੱਕ ਰੁਪਈਆ ਗਣਾ ਦਿਓ, ਇੱਕ ਰੁਪਈਆ, ਨੀਵੀਂ ਥਾਵੇਂ ਬਹਿ ਜਾਊਗਾ। ਪੈਸੇ ਕਮਾਉਣ ਥੋੜੀ ਆਏ ਆ, ਪੈਸਾ ਨਾਲ ਜਾਂਦਾ, ਉਹ ਇੱਜ਼ਤ ਕਮਾਉਣ ਆਇਆ ਜੀ, ਪੈਸੇ ਕਮਾਉਣ ਨਹੀਂ ਆਏ। ਪਰਮਾਤਮਾ ਮੂਹਰੇ 3 ਟਾਈਮ ਅਰਦਾਸ ਕਰਦੀ ਆ ਕਿ ਪਰਮਾਤਮਾ ਜਿੰਨੀ ਕੁ ਬਣੀ ਹੋਈ ਹੈ ਉਨੀ ਕੁ ਕਾਇਮ ਰੱਖਦੀ, ਬਸ ਭਾਵੇਂ ਵਧਾਈ ਨਾ ਪਰ ਘਟਾਈ ਨਾ। ਲੋਕਾਂ ਨੂੰ ਹੁਣ ਪਤਾ ਲੱਗਿਆ ਕਿ ਸਾਡੇ ਧੀਆਂ ਪੁੱਤ ਵੀ ਜੱਜ ਬਣ ਸਕਦੇ ਆ ਬਿਨਾਂ ਪੈਸੇ ਤੋਂ। ਗਰੀਬਾਂ ਦੇ ਧੀਆਂ ਪੁੱਤ ਜੱਜ। ਆ ਕੱਲ ਮੈਨੂੰ ਵੀਡੀਓ ਭੇਜੀ, ਉਹ ਕਹਿੰਦਾ ਜੀ ਸਾਡੇ ਟੱਬਰ 'ਚ 6 ਨੌਕਰੀਆਂ ਮਿਲ ਗਈਆਂ, ਮੁੰਡਾ ਕਲਰਕ ਲੱਗ ਗਿਆ, ਕੁੜੀਆਂ ਮਾ ਟੀਚਰ ਲੱਗ ਗਈਆਂ, ਦੋ ਤਾਂ ਪਟਵਾਰੀ ਲੱਗ ਗਿਆ, ਦੋ ਤਾਂ ਘਰਾਂ ਦੀ ਜ਼ਿੰਦਗੀ ਬਦਲ ਜਾਂਦੀ। ਇਹਨਾਂ ਨੇ ਪਹਿਲਾਂ ਕਦੇ ਦਿੱਤੀ ਨੌਕਰੀ ਕਦੇ ਤੁਹਾਨੂੰ ਗਰੀਬਾਂ ਨੂੰ? ਕਦੇ ਕੋਈ ਸਕੂਲ ਠੀਕ ਕੀਤਾ, ਕੋਈ ਹਸਪਤਾਲ ਠੀਕ ਕੀਤਾ? ਆ ਬਿਜਲੀ ਹੁਣ ਕਿਵੇਂ ਫ੍ਰੀ ਆਉਂਦੀ ਹੈ ਬਈ? ਉਹੀ ਖੰਭੇ ਨੇ, ਉਹੀ ਤਾਰਾਂ ਨੇ, ਉਹੀ ਫਿਊਜ ਨੇ, ਉਹੀ ਟਰਾਂਸਫਾਰਮਰ ਨੇ, ਉਹੀ ਗ੍ਰਿਡ ਨੇ, ਹੁਣ ਕਿਵੇਂ ਫ੍ਰੀ ਆਉਂਦੀ ਹੈ? ਨੀਅਤ ਸਾਫ਼ ਹੈ, ਇਮਾਨਦਾਰੀ ਹੈ। ਆ ਗੋਇੰਦਵਾਲ ਵਾਲਾ ਥਰਮਲ ਪਲਾਂਟ ਖਰੀਦਿਆ ਆਪਾਂ ਨੇ, ਹੁਣ ਇੰਡਸਟਰੀ ਵਾਲੀ ਬਿਜਲੀ ਸਸਤੀ ਕਰੂੰ, ਦੇਖਿਓ ਇੰਡਸਟਰੀ ਆਊ ਇੱਥੇ ਤਾਂ ਤੁਹਾਡੇ ਧੀਆਂ ਪੁੱਤਾਂ ਨੂੰ ਕੰਮ ਮਿਲੂਗਾ, ਇੱਥੇ ਬਾਹਰ ਜਾਣ ਦੀ ਲੋੜ ਨਹੀਂ। ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਹੁਣ ਤੱਕ ਆਪਦਾ ਘਰ ਭਰਿਆ, ਬਸ ਆਪਦੇ ਧੀਆਂ ਪੁੱਤ ਹੀ ਨਹੀਂ ਠੀਕ ਆਉਂਦੇ ਨਾ ਤੋਂ, ਉਹਨਾਂ ਦੇ ਰੋਣੇ ਨਹੀਂ ਮੁੱਕਦੇ। ਆਮ ਲੋਕਾਂ ਦੀ ਕਦੋਂ ਵਾਰੀ ਆਊਗੀ? ਐਸੇ ਗੱਲ ਤੋਂ ਦੁਖੀ ਨੇ ਕਿ ਆਮ ਲੋਕਾਂ ਦਾ ਮੁੰਡਾ, ਆਮ ਘਰਾਂ ਦਾ ਪੁੱਤ, ਮਹਿੰਦਰ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ? ਪਹਿਲਾਂ ਕਹਿੰਦੇ ਸੀ ਇਹ ਬਣਦਾ ਨਹੀਂ, ਬਣ ਗਏ। ਫਿਰ ਕਹਿੰਦੇ ਬਿਜਲੀ ਨਹੀਂ ਫ੍ਰੀ ਕਰ ਸਕਦਾ, ਕਰਤੀ। ਫਿਰ ਕਹਿੰਦੇ 6 ਮਹੀਨੇ ਨਹੀਂ ਚੱਲਦੀ ਸਰਕਾਰ, ਚੱਲ ਗਈ। ਫਿਰ ਕਹਿੰਦੇ ਸਾਲ ਨਹੀਂ ਕੱਟਦੇ, ਸਾਲ ਵੀ ਕੱਟ ਲਿਆ। ਫਿਰ ਕਹਿੰਦੇ ਨੌਕਰੀਆਂ ਨਹੀਂ ਦੇ ਸਕਦੇ, ਨੌਕਰੀਆਂ ਦੇਤੀਆਂ। ਫਿਰ ਕਹਿੰਦੇ ਰਾਸ਼ਨ ਨਹੀਂ ਇਹ ਡੋਰ ਟੂ ਡੋਰ, ਉਹ ਵੀ ਕਰਤਾ। ਫਿਰ ਕਹਿੰਦੇ 2 ਸਾਲ ਮੁਸ਼ਕਲ ਹੈ, 2 ਸਾਲ ਵੀ ਹੋ ਗਏ। ਇਹ ਤਾਂ ਵੀਰੋ ਐਂ ਕਰੀ ਜਾਣਗੇ ਅਗਲੇ 15-20 ਸਾਲ, ਇਹ ਰਿਟਾਇਰ ਹੋਣ ਲੱਗੇ ਨੇ। ਹੁਣ ਮੈਨੂੰ ਇੱਕ ਅੰਦਰਲੀ ਹੋਰ ਦੱਸ ਦੇਣਾ ਤੁਹਾਨੂੰ, ਸੁਖਬੀਰ ਬਾਦਲ ਨੇ ਕਿਹਾ, ਕਹਿੰਦਾ ਵੀ ਆਹੀ ਇਲੈਕਸ਼ਨ ਦੇਖਦੇ ਹਾਂ, ਜੇ ਤਾਂ ਲੋਕਾਂ ਨੇ ਵੋਟਾਂ ਪਾਤੀਆਂ ਠੀਕ ਹੈ, ਨਹੀਂ ਆਪਦਾ ਕੋਈ ਹੋਰ ਕੰਮ ਕਰੀਏ। ਮੇਰੇ ਵੀਰ ਬਣ ਕੇ ਇਹਨੂੰ ਤਾਂ ਰਿਟਾਇਰ ਕਰੋ, ਇਹਦੀ ਰਿਟਾਇਰਮੈਂਟ ਤਾਂ ਆਪਣੇ ਹੱਥ 'ਚ ਹੈ, ਹੈਂ ਹੋ ਗਿਆ, ਕਰੋ ਰਿਟਾਇਰ ਯਾਰ। ਇਹਨੂੰ ਬੜੇ ਦੁਖੀ ਕੀਤੇ ਹੈ ਯਾਰ ਇਹਨਾਂ ਨੇ। ਪੰਜਾਬੀ ਬੋਲੀ ਨਹੀਂ ਆਉਂਦੀ, ਰੋਜ਼ ਮੀਆਂ ਬੀਬੀ ਗਲਤ ਪੰਜਾਬੀ ਬੋਲਦੇ ਆ, ਉਹ ਪਤਾ ਨਹੀਂ ਕੀ ਕਹੀ ਜਾਂਦੀ ਹੁੰਦੀ। ਹਰਸਿਮਰਤ ਕੌਰ ਪਹਿਲਾਂ ਇਹ ਚੋਨਾ ਤੇ ਫਿਰ ਚੋਨਾ, ਮੈਂ ਕਿਹਾ ਝੋਨਾ ਕਹਿੰਦੀ ਹੈ ਜਾਂ ਚੋਣਾ ਕਹਿੰਦੀ ਹੈ? ਪੰਜਾਬੀ ਤਾਂ ਪੜ੍ਹੀ ਨਹੀਂ ਕਦੇ। ਇਹ ਭਗਵੰਤ ਮਾਨ ਛੁਰਾ ਗੋਪ ਦੈ,
ਇਹ ਭਰਮ ਫੈਲਾਉਂਦਾ ਹੈ ਉਹ ਪੰਜਾਬੀ ਸਿੱਖ ਲਾ ਪਹਿਲਾਂ। ਮੈਂ ਕਿਹਾ ਬੀਬਾ ਬਾਅਦ ਚ ਗੱਲ ਕਰੀ ਸਾਡੇ ਨਾਲ। ਅੱਛਾ ਹੋਰ ਦੇਖੋ 90% ਨੌਜਵਾਨ ਮੁੰਡੇ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ, ਇੱਕ ਮਿੰਟ ਬਾਈ ਜੀ ਗੱਲ ਸੁਣਿਓ ਬਾਈ ਜੀ। ਉਹ ਕਹਿੰਦੇ ਪਹਿਲੀ ਵਾਰ ਹੈ ਮੁੱਖ ਮੰਤਰੀ ਨੂੰ ਬਾਈ ਜੀ ਕਹਿੰਦੇ ਆ, ਨਹੀਂ ਤਾਂ ਪਹਿਲਾਂ ਵਾਲੇ ਕਿਹੜੇ ਕਾਕਾ ਜੀ, ਰਾਜਾ ਸਾਹਿਬ, ਮਹਾਰਾਣੀ ਸਾਹਿਬਾ, ਬੀਬਾ ਜੀ। ਅੱਛਾ ਇਹਨਾਂ ਵਾਲੀਆਂ ਬੀਬਾ ਜੀ ਸਾਡੇ ਵਾਲੀਆਂ ਨੂੰ ਬੁਲਾਉਂਦੇ ਆ, ਭੋਲੇ ਵਾਲੀ, ਗਰਮੇਲ ਵਾਲੀ, ਸ਼ੇਰੇ ਵਾਲੀ, ਤੇਰੇ ਵਾਲੀ, ਮੇਰੇ ਵਾਲੀ, ਇਹ ਬੀਬਾ ਜੀ ਹੱਦ ਹੈ ਯਾਰ। ਇਹਨਾਂ ਦੇ ਰੁਤਬੇ ਵਾਪਸ ਲਓ ਜਦੋਂ ਹਾਰ ਗਏ। ਹੁਣ ਤੁਸੀਂ ਦੇਖੋ ਬਠਿੰਡੇ ਦੇ ਵਿੱਚ ਪੋਸਟਰ ਲੱਗੇ ਹੋਏ ਨੇ, ਪਹਿਲਾਂ ਲਿਖਦੀ ਹੁੰਦੀ ਸੀ ਤੁਹਾਡੀ ਉਮੀਦਵਾਰ ਨੰਨੀ ਸ਼ਾਮ ਹਰਸਿਮਰਤ ਕੌਰ, ਹੁਣ ਕੀ ਪੋਸਟਰ ਲੱਗੇ ਹੋਏ ਨੇ ਤੁਹਾਡੀ ਨਿਮਾਣੀ ਸੇਵਾਦਾਰ। ਆਹਾ ਮੈਂ ਕਿਹਾ ਬੜੇ ਵੱਡੇ ਸੇਵਾਦਾਰ ਨਿਕਲੇ ਆ ਬਈ, ਹੈ ਗੁਰਬਾਣੀ ਗਲੀਆਂ ਚ ਰੋਲਤੀ, ਕਾਹਦੀ ਸੇਵਾ ਕੀਤੀ ਤੁਸੀਂ? ਪੰਥ ਦੀ ਗੱਲ ਕਰਕੇ ਪੰਥ ਨੂੰ ਤੁਸੀਂ ਗਲੀਆਂ ਚ ਰੋਲਤਾ, ਰੂੜੀਆਂ ਚ ਰੋਲਤਾ, ਤੁਸੀਂ ਕਾਹਦੇ ਸੇਵਾਦਾਰ ਹੋ? ਸੇਵਾਦਾਰ ਨਿਮਾਣੀ ਨਾਲੇ। ਜਦੋਂ ਭਗਵੰਤ ਮਾਨ ਨੇ ਭੇਜਤਾ ਕੱਸੀਆਂ ਸੂਹਿਆਂ ਚ ਪਾਣੀ, ਉਦੋਂ ਬਾਅਦ ਆਪਣੇ ਆਪ ਨੂੰ ਲਿਖਣ ਲੱਗ ਗਈ ਨਿਮਾਣੀ ਨਿਮਾਣੀ। ਇਹਨਾਂ ਤੇ ਤਰਸ ਤੁਰਸ ਨਾ ਕਰਿਓ, ਕਿਤੇ ਤਰਸ ਕਰ ਲਓ ਵੀ ਚੱਲ ਨਿਮਾਣੀ ਕਿਹਾ, ਨਾ ਨਾ ਇਹਨਾਂ ਨੇ ਆਪਣੀਆਂ 3 ਪੀੜ੍ਹੀਆਂ ਖਾ ਲਈਆਂ। ਝਾੜੂ ਵਾਲਾ ਬਟਨ ਦੱਬ ਕੇ ਨਾਲ ਥੋੜਾ ਜਿਹਾ ਐਂ ਵੀ ਕਰ ਦਿਓ, ਕਚੀਚੀ ਜੀ ਵੀ ਵੱਟ ਲਿਓ ਥੋੜੀ ਜੀ ਵੀ ਆ ਚੱਕ, ਇਹਦਾ ਆਹ ਹਾਲ ਹੋਵੇ ਇਹਨਾਂ ਦਾ। ਸੋ ਤਾਂ ਕਰਕੇ ਵੀਰੋ ਤੁਹਾਡੇ ਕੋਲ ਆਇਆ, ਚੌਥੇ ਨੰਬਰ ਤੇ ਬਟਨ ਹੈ ਮਸ਼ੀਨ ਦੇ ਵਿੱਚੋਂ ਦੱਬਣਾ ਬਸ। ਕੇਜਰੀਵਾਲ ਸਾਹਿਬ ਵੀ ਆ ਗਏ ਪੰਜਾਬ ਚ, ਹੁਸ਼ਿਆਰਪੁਰ ਨੇ, ਫਿਰੋਜ਼ਪੁਰ ਨੇ, ਬਠਿੰਡੇ ਨੇ, ਅੱਜ ਚੱਕ ਕੇ ਉਹਨਾਂ ਨੂੰ ਅੰਦਰ ਕਰਤਾ ਐਵੇਂ। ਉਹ ਜਿਹਨੇ ਸਕੂਲ ਬਣਾਏ ਮਨੀਸ਼ ਸਿਸੋਦੀਆ ਉਹਨੂੰ ਅੰਦਰ ਕਰਤਾ, ਜਿਹਨੇ ਹਸਪਤਾਲ ਬਣਾਏ ਸਤਿੰਦਰ ਜੈਨ ਉਹਨੂੰ ਅੰਦਰ ਕਰਤਾ, ਉਹ ਜਿਹੜਾ ਰਾਜ ਸਭਾ ਚ ਬੋਲਦਾ ਸੀ ਕਿ ਤੁਹਾਡੀ ਯਾਰੀ ਹੈ ਵੱਡੇ ਵੱਡੇ ਉਦਯੋਗਪਤੀਆਂ ਨਾਲ ਸੰਜੇ ਸਿੰਘ ਉਹਨੂੰ ਅੰਦਰ ਕਰਤਾ, ਤੇ ਕੇਜਰੀਵਾਲ ਜਿੱਥੇ ਜਾਂਦਾ ਸੀ ਸੂਪੜਾ ਸਾਫ਼ ਹੋ ਜਾਂਦਾ ਸੀ ਉਹਨੂੰ ਅੰਦਰ ਕਰਤਾ। ਐਂ 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 ਕਰ ਲਉਂਗੇ ਯਾਰ ਤੁਸੀਂ, ਐਂ ਰੋਕ ਲਓਗੇ ਤੁਸੀਂ? ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ, ਦਰਿਆ ਆਪਦਾ ਰਸਤਾ ਆਪ ਬਣਾਉਂਦੇ ਹੁੰਦੇ ਆ ਵੀਰੋ। ਸੋ ਦਰਿਆਵਾਂ ਨੂੰ ਨੱਕੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਮੋਦੀ। ਸੋ ਇਸ ਕਰਕੇ ਤੁਸੀਂ ਦੇਖ ਲਓ ਜਿਹੜੀ ਹਿੰਦੀ ਹੈ, ਹਿੰਦੀ ਭਾਸ਼ਾ ਉਹਦਾ ਮੂਲ ਜਿਹੜੇ ਉਹ ਔਰਗੈਨਿਕ 1.5 ਲੱਖ ਲਫਜ਼ ਹੈ ਸ਼ਬਦ, ਫਿਰ ਭਾਸ਼ਾਵਾਂ ਇੱਧਰੋਂ ਉੱਧਰੋਂ ਅਡੋਪਟ ਕਰਦੀਆਂ ਨੇ ਸੰਸਕ੍ਰਿਤ ਚੋਂ, ਇੱਧਰੋਂ ਫਾਰਸੀ ਚੋਂ, ਉਰਦੂ ਚੋਂ, ਕਰ ਕਰਾ ਕੇ 6 ਲੱਖ ਲਫਜ਼ ਬਣਦਾ ਹਿੰਦੀ ਕੋਲੇ। ਧਿਆਨ ਨਾਲ ਸੁਣਿਓ ਗੱਲ, ਇਹ ਹਿੰਦੀ ਕੋਲੇ 6 ਲੱਖ ਸ਼ਬਦ ਹੈ ਪਰ ਮੋਦੀ ਕੋਲੇ 10 ਹੀ ਹੈ ਬਸ, ਹਰੇਕ ਵੋਟਾਂ ਵੇਲੇ ਉਹੀ ਵਰਤਦਾ ਉਹ। ਹਿੰਦੁਸਤਾਨ, ਪਾਕਿਸਤਾਨ, ਸ਼ਮਸ਼ਾਨ, ਕਬਰਸਤਾਨ, ਗਾਏ, ਭੈਂਸ, ਬੱਕਰੀ, ਮਟਨ, ਮਛਲੀ, ਮੰਗਲ ਸੂਤਰ, ਬਸ। ਉਹ ਪ੍ਰਧਾਨ ਮੰਤਰੀ ਜੀ 10 ਸਾਲਾਂ 'ਚ ਕੋਈ ਸਕੂਲ ਹੀ ਗਿਣਾ ਦਿਓ, ਉਹ ਕੋਈ ਹਸਪਤਾਲ ਗਿਣਾ ਦਿਓ,
ਉਹ ਕੋਈ ਬਿਜਲੀ ਬੁਜਲੀ ਫ੍ਰੀ ਦਿੱਤਾ, ਕੋਈ ਨੌਕਰੀ ਗਣਾ ਦੋ, ਨਾ 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 ਨਾ। ਇਹ ਕਹਿੰਦੇ ਇੰਡੀ ਗਠਬੰਧਨ ਵਾਲੇ ਅਗਰ ਆ ਗਏ ਤੋ ਆਪਕੀ ਤੀਨ ਬੱਕਰੀਓ ਮੇ ਸੇ ਦੋ ਬੱਕਰੀਆਂ ਲੈ ਜਾਏਂਗੇ, ਦੋ ਭੈਂਸੋ ਮੇ ਸੇ ਇੱਕ ਭੈਂਸ ਲੈ ਜਾਏਂਗੇ, ਅਗਰ ਆਪਕੇ ਪਾਸ ਚੱਪਲ ਕਾ ਜੋੜਾ ਹੈ ਇੱਕ ਚੱਪਲ ਲੈ ਜਾਏਂਗੇ, ਅਗਰ ਆਪਕੇ ਪਾਸ ਸਾਈਕਲ ਹੈ ਉਸਕਾ ਪੈਡਲ ਲੈ ਜਾਏਂਗੇ। ਲੈ ਇਹ ਪ੍ਰਧਾਨ ਮੰਤਰੀ ਦੇ ਕਰਨ ਵਾਲੀਆਂ ਗੱਲਾਂ ਯਾਰ, ਇਹ ਤਾਂ ਸਰਪੰਚਾਂ ਕੋਲੇ ਵੀ ਨਹੀਂ ਆਉਂਦੇ ਮਸਲੇ ਹਜੇ। ਆਹ ਹਾਲਤ ਕੀ ਕਰੀਏ ਦੱਸੋ, ਰੋਜ਼ ਕਿਤੇ ਨਾ ਕਿਤੇ ਜਾ ਕੇ ਉੱਥੇ ਝੂਠ ਬੋਲੀ ਜਾਂਦਾ ਹੁੰਦਾ, ਹਰੇਕ ਥਾਂ ਕਹਿ ਦਿੰਦਾ ਯਹਾਂ ਸੇ ਮੇਰਾ ਪੁਰਾਣਾ ਨਾਤਾ ਹੈ, ਹੱਦ। ਸੋ ਇਹਨਾਂ ਦੀ ਗੱਲ ਨਾ ਸੁਣਿਓ। ਬਾਕੀ ਪਾਰਟੀਆਂ ਕੰਮ ਕਰਦੀਆਂ ਹੁੰਦੀਆਂ, ਆਪਣੇ ਕੋਲ ਸਰਕਾਰ ਹੈ, ਸਰਕਾਰ ਦੇ ਨਾਲ ਚੱਲੋ, ਮੇਰੇ ਹੱਥ ਮਜ਼ਬੂਤ ਹੋ ਜਾਣਗੇ ਤਾਂ ਮੈਂ ਬਹੁਤ ਫਰੀ ਮਾਇੰਡ ਹੋ ਕੇ ਕੰਮ ਕਰੂੰਗਾ। ਖਡੂਰ ਸਾਹਿਬ ਵਾਸਤੇ, ਸੁਲਤਾਨਪੁਰ ਵਾਸਤੇ, ਕਪੂਰਥਲੇ ਵਾਸਤੇ ਬਹੁਤ ਸਾਰੇ ਮਸਲੇ ਪਏ ਨੇ, ਕੰਮ ਕਰਨਾ ਮੇਰਾ ਕੰਮ ਹੈ। ਤੁਹਾਡਾ ਕੰਮ 1 ਤਰੀਕ ਨੂੰ ਖਤਮ, ਮੇਰਾ ਕੰਮ 1 ਤਰੀਕ ਨੂੰ ਸ਼ੁਰੂ, ਇੰਨਾ ਕਹਿ ਬਸ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੀ ਗਰਮੀ 'ਚ ਇੱਥੇ ਆਏ ਹੋ ਔਰ ਪਿਆਰ ਸਤਿਕਾਰ ਨਾਲ ਸੁਣਿਆ, ਅਤੇ ਫਰਮਾਇਸ਼ ਪੂਰੀ ਕਰ ਦਿੰਦਾ ਮੈਂ ਤੁਹਾਨੂੰ। ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ, ਸਮਝ ਕੁਛ ਆਵੇ ਨਾ, ਵੋਟ ਕੋਈ ਥਿਆਵੇ ਨਾ, ਮੱਖੀ ਉੱਡੇ ਨਾ ਪਿੰਡੇ ਤੋਂ, ਸਹੁ ਲੱਗੇ ਸੀਟ ਫਸ ਗਈ ਬਠਿੰਡੇ ਤੋਂ। ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ। ਰਿਸ਼ਵਤਖੋਰਾਂ ਨੂੰ ਕੋਈ ਢਿੱਲ ਨਹੀਂ, ਬਿਜਲੀ ਦਾ ਕੋਈ ਬਿੱਲ ਨਹੀਂ, ਨਹਿਰਾਂ ਕੱਸੀਆਂ 'ਚ ਪਾਣੀ ਹੈ, ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ। ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ, ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ, ਉਹ ਤੋਂ ਬਾਅਦ ਸਮਝੀ ਨਾ ਸੋਚੀ ਹੈ, ਫਿਰ ਅਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਹੈ। ਲੋਕੀ ਕਹਿੰਦੇ ਅਸੀਂ ਰੱਜੇ ਪੁੱਜੇ, ਲੋਕੀ ਕਹਿੰਦੇ ਅਸੀਂ ਰੱਜੇ ਪੁੱਜੇ, ਪਰ ਹੈਗੇ ਅਸੀਂ ਭੁੱਖੜਵੇ। ਲੋਕੀ ਕਹਿੰਦੇ ਅਸੀਂ ਰੱਜੇ ਪੁੱਜੇ, ਪਰ ਹੈਗੇ ਅਸੀਂ ਭੁੱਖੜਵੇ। ਲੈ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜਵੇ। ਮੇਰਾ ਸੁੱਕੀ ਜਾਵੇ ਖੂਨ ਵੇ, ਨਾਲੇ ਉੱਡੀ ਜਾਵੇ ਸਕੂਨ ਵੇ, ਜਿਉਂ ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ। ਅਸੀਂ ਮੌਜ ਬਹੁਤ ਲੁੱਟੀ ਹੈ, ਘੁੱਗੀ ਛਿੱਤਰ ਨਾਲ ਕੁੱਟੀ ਹੈ, ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਹੈ। ਲੈ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਛੁੱਟੀ ਹੈ। ਬੋਲੇ ਸੋਨਿਹਾਲ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੰਨੇ ਪਿਆਰ ਸਤਿਕਾਰ ਨਾਲ ਸੁਣਿਆ। ਹੌਲੀ ਜਾਇਓ, ਆਰਾਮ ਨਾਲ ਜਾਇਓ, ਕਿਉਂਕਿ ਬਜ਼ੁਰਗ ਵੀ ਨੇ, ਬੱਚੇ ਵੀ ਨੇ, ਮਾਵਾਂ ਵੀ ਨੇ। ਸਾਰੀ ਜ਼ਿੰਦਗੀ ਯਾਦ ਰੱਖੂੰਗਾ, ਜ਼ਿੰਦਾਬਾਦ ਰਹੋ, ਆਬਾਦ ਰਹੋ।